ਸ਼੍ਰੋਮਣੀ ਅਕਾਲੀ ਦਲ ਵੱਲੋਂ ਚਾਹੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਸਾਬਕਾ ਵਿਧਾਇਕ ਦੀਦਾਰ ਸਿੰਘ ਪੱਟੀ ਦੀ ਟਿਕਟ ਕੱਟ ਕੇ ਜਗਦੀਪ ਸਿੰਘ ਚੀਮਾ ਨੂੰ ਦੇ ਦਿੱਤੀ ਗਈ ਹੈ, ਪਰ ਦੀਦਾਰ ਸਿੰਘ ਪੱਟੀ ਵੱਲੋਂ ਨਿਰਾਸ਼ ਹੋ ਕੇ ਬਹਿਣ ਦੀ ਬਜਾਏ ਉਹਨਾਂ ਵੱਲੋਂ ਉਲੀਕੇ ਪ੍ਰੋਗਰਾਮਾਂ ਨੂੰ ਅਤੇ ਵਰਕਰਾਂ ਨਾਲ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਜਾ ਰਿਹਾ। ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਲਗਾਏ ਗਏ ਧਰਨੇ ਵਿੱਚ ਪਹੁੰਚੇ ਸਾਬਕਾ ਵਿਧਾਇਕ ਦੀਦਾਰ ਸਿੰਘ ਪੱਟੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਕਾਲੀ ਦਲ ਦੇ ਇਸ ਫੈਸਲੇ ਨੂੰ ਲੈ ਕੇ ਵਰਕਰਾਂ ਦੇ ਮਨਾਂ ਦੇ ਵਿੱਚ ਕਾਫੀ ਰੋਸ਼ ਹੈ ਅਤੇ ਜੋ ਪਾਰਟੀ ਨੇ ਫੈਸਲਾ ਕੀਤਾ ਉਹ ਪਾਰਟੀ ਦੇ ਹਿਸਾਬ ਨਾਲ ਠੀਕ ਹੋ ਸਕਦਾ, ਪਰ ਵਰਕਰ ਇਸ ਫੈਸਲੇ ਨੂੰ ਸਹੀ ਨਹੀਂ ਮੰਨਣਗੇ। ਦੀਦਾਰ ਸਿੰਘ ਪੱਟੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਅਤੇ ਪਾਰਟੀ ਦੇ ਵਰਕਰਾਂ ਨਾਲ ਜਲਦ ਹੀ ਮੀਟਿੰਗ ਕਰਕੇ ਅਗਲਾ ਫੈਸਲਾ ਜਲਦ ਹੀ ਲਿਆ ਜਾਵੇਗਾ। ਮੈਂ ਤਾਂ ਇੱਕੋ ਗੱਲ ਕਹੂੰਗਾ ਕਿ ਬਹੁਤ ਵੱਡਾ ਰੋਹ ਆ ਵਰਕਰਾਂ ਦੇ ਮਨ 'ਚ ਗੁੱਸਾ ਪਾਰਟੀ ਪ੍ਰਤੀ, ਔਰ ਜਿਹੜਾ ਫੈਸਲਾ ਉਹਨਾਂ ਨੇ ਕੀਤਾ ਉਹਨਾਂ ਦੇ ਹਿਸਾਬ ਨਾਲ ਠੀਕ ਹੋ ਸਕਦਾ, ਪਰ ਜਿਹੜੀ ਇਲਾਕੇ ਦੀ ਸੰਗਤ ਆ ਉਹ ਇਹਨੂੰ ਉਹਨਾਂ ਦੀ ਇਹ ਗੱਲ ਹਜ਼ਮ ਨਹੀਂ ਹੋ ਰਹੀ ਔਰ ਬਹੁਤ ਹੀ ਭਰੇ ਮਨ ਦੇ ਨਾਲ ਲੋਕ ਅਫਸੋਸ ਵੀ ਜ਼ਾਹਰ ਕਰ ਰਿਹਾ, ਕਿਉਂਕਿ ਸਾਰੇ ਲੋਕ ਇਨਵੋਲਵ ਸੀ ਇਸ ਇਲੈਕਸ਼ਨ ਨੂੰ ਲੈ ਕੇ। ਇਹ ਇਲੈਕਸ਼ਨ ਸਾਡੀ ਜਿਹੜੀ ਆ ਪੂਰੀ ਸਾਡੀ ਜਿੱਤ ਵੱਲ ਅਸੀਂ ਦਿਨੋਂ ਦਿਨ ਵੱਧ ਰਹੇ ਸੀਗੇ, ਔਰ ਨਵੇਂ ਜਿਹੜੇ ਗੱਲ ਆ ਇਹਦੇ ਨਾਲ ਕਾਫੀ ਜ਼ਿਆਦਾ ਸੈਟਬੈਕ ਲੱਗੀ ਹੈ ਮੈਂ ਸਮਝਦਾ। ਫਿਰ ਵੀ ਅਸੀਂ ਸਲਾਹ ਕਰਕੇ ਵਰਕਰਾਂ ਨਾਲ ਕੋਈ ਵਧੀਆ ਫੈਸਲਾ ਕਰਨ ਦੇ ਯਤਨ ਕਰਾਂਗੇ। ਉਸ ਤੋਂ ਇਲਾਵਾ ਅਕਾਲੀ ਦਲ ਤੋਂ ਇਲਾਵਾ ਵੀ ਕਿਸੇ ਹੋਰ ਪਾਰਟੀ ਨਾਲ ਵੀ ਗੱਲਬਾਤ ਚੱਲ ਰਹੀ ਹੈ ਤੁਹਾਡੀ? ਨਹੀਂ, ਕੋਈ ਇੱਦਾਂ ਮੇਰੇ ਤਾਂ ਨਹੀਂ ਹੈ ਗੱਲ ਕੋਈ ਪਾਰਟੀ ਦੇ ਅਸੀਂ ਖਿਲਾਫ਼ ਕੋਈ ਗੱਲ ਨਹੀਂ, ਔਰ ਅਸੀਂ ਜੋ ਵੀ ਫੈਸਲਾ ਹੋਊਗਾ ਸੰਗਤ ਦੀ ਸਲਾਹ ਨਾਲ। ਕੀ 2022 ਦੇ ਇਲੈਕਸ਼ਨ ਲੜੂਗੇ ਤੁਸੀਂ ਹਲਕਾ ਫਤਿਹਗੜ੍ਹ ਸਾਹਿਬ ਤੋਂ ਜਾਂ ਕੋਈ? ਦੇਖੋ ਇਹ ਲੋਕ ਫਤਵਾ ਹੈਗਾ, ਲੋਕਾਂ ਨੇ ਹੀ ਫੈਸਲਾ ਕਰਨਾ ਹੈਗਾ। ਸੰਗਤ ਜਿਹੜੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਨੇ ਔਰ ਪੂਰੀ ਤਨਦੇਹੀ ਦੇ ਨਾਲ ਪਰਿਵਾਰਾਂ ਦੇ ਪਰਿਵਾਰ ਜਿਹੜੇ ਇਸ ਗੱਲ 'ਚ ਇਨਵੋਲਵ ਹੋਏ ਹੋਏ ਨੇ ਅਸੀਂ ਚੋਣ ਜਿੱਤਣੀ ਆ, ਔਰ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਆਈ ਆ, ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਆ। ਹੁਣ ਉਹਨਾਂ ਦਾ ਜੋ ਫੈਸਲਾ ਹੋਊਗਾ ਮਨਜ਼ੂਰ। ਅਸੀਂ ਜੋ ਪਾਰਟੀ ਨੇ ਫੈਸਲਾ ਕੀਤਾ ਉਹਦੇ ਮੁਤਾਬਕ ਅਸੀਂ ਵਰਕਰਾਂ ਨਾਲ ਮਿਲ ਕੇ ਸਲਾਹ ਕਰਾਂਗੇ, ਅਤੇ ਜਿਹੜੀ ਅਗਲਾ ਪ੍ਰੋਗਰਾਮ ਹੈ ਕੋਈ ਵੀ ਆ ਉਹ ਅਸੀਂ ਉਹ ਤੈਅ ਕਰਾਂਗੇ। ਅਸੀਂ ਸੰਡੇ ਦਾ ਪ੍ਰੋਗਰਾਮ। ਫਤਿਹਗੜ੍ਹ ਸਾਹਿਬ ਤੋਂ ਜਸਵਿੰਦਰ ਜੱਸੀ ਦੀ ਰਿਪੋਰਟ।